सत श्री अकाल दा खालस टीवी देख रहे, मैं तुहाड़े नाल राहुल काला। इस समय दी वड्डी खबर जीरा शराब फैक्टरी नूं लैके, मालबरोज शराब फैक्टरी जो हैगी उस नूं लैके पंजाब सरकार ने फैसला किया है इस नूं बंद करन दा। मुख्यमंत्री भगवंत मान वालों इसका जिहड़ा ऐलान किया गया, सीएम भगवंत मान ने यह दावा किया कि शराब फैक्टरी नूं बंद किया जाएगा। कानूनी माहरां दी सलाह ली गई है, इस सलाह तो बाद यह फैसला निकलिया गया कि जिहड़ी शराब की फैक्टरी हैगी इस नूं बंद कर दिया जाए। तो जीरा दे विच शराब फैक्टरी के बाहर पिछले 6 महीनों तो लगातार धरने प्रदर्शन चल रहे हैं, तो असी एक एक पल की जी अपडेट उतों धरने की लगातार असी तुहाडे तक पहुँचाते रहे हैं और पहुँचाते रहेंगे। और पंजाब सरकार के खिलाफ जो धरना लग्या होया उस दे विच हुण किसान जथेबंदियां की अपना रुख लेंदियां ने, जो सरकार ने फैसला किया क्योंकि जीरा शराब फैक्टरी लैके मुख्यमंत्री का वड्डा बयान है, शराब फैक्टरी बंद करने के हुक्म जारी कर दिए गए ने। पिछले 6 महीने तो किसानों के नाल नाल स्थानक लोग इत्थे धरने ते बैठे हुए सी और हुण सरकार ने फैसला किया है शराब फैक्टरी बंद करन दा। तां स्थानक लोगों के मुताबिक धरती हेठला 500 तो 700 फुट तक का पानी जड़ा शराब फैक्टरी लगन दे नाल जड़ा खराब हो चुकिया, ते खराब पानी पीण दे नाल कैंसर वर्गी बीमारियां दे नाल लोग इत्थों दे जूझ रहे ने। तां बीते दिनी जो एक बजुर्ग की मौत होंदी है, तां उस तो पहला एक नौजवान की किडनियां फेल कारण मौत होंदी है, ते इल्जाम लगाया जांदा कि शराब फैक्टरी के कारण जो पानी गंदला होया, पानी के कारण ही ये जिहड़ियां मौतां हो रही ने। तां तमाम जानकारी हासिल करांगे मोर्चे दे कुछ साथी भी, मोर्चे तो असी लगातार जुड़न की कोशिश करांगे। मेरे नाल लाइव संदीप जुड़े ने। संदीप, मेरी आवाज़ तुहाडे तक पहुँच रही है? हाँ जी, हाँ जी सर, बिल्कुल पहुंच रही है जी। अच्छा, फैसला किवें लग्या? सरकार ने कहता भी फैक्ट्री बंद कर देवांगे। सर बिल्कुल जी, सानू भी हुण पता जदों लगा कि सीएम साहब ने फैक्ट्री बंद दा ऐलान कर दिता, ते मतलब चलो ਇਹ ਫੈਸਲਾ ਮਾਨ ਸਾਹਿਬ ਨੂੰ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ। ਚਲੋ ਦੇਰ ਆਏ ਦਰੁਸਤ ਆਏ, ਲੋਕਾਂ ਦੇ ਪੱਖ ਦਾ ਫੈਸਲਾ ਲੈ ਲੈਣ ਗਿਆ, ਤੇ ਅਸੀਂ ਇਸ ਫੈਸਲੇ ਦਾ ਬਹੁਤ ਸਵਾਗਤ ਕਰਦੇ ਆ ਜੀ। ਅੱਛਾ, ਕੋਈ ਤੁਹਾਡੀਆਂ ਸ਼ਰਤਾਂ ਵੀ ਹੋਣਗੀਆਂ, ਕਿਉਂਕਿ ਕੋਈ ਸ਼ਰਤਾਂ ਰੱਖੀਆਂ ਗਈਆਂ ਮੋਰਚੇ ਵੱਲੋਂ? ਸਰ ਹਜੇ ਮੇਰੀ ਕੋਈ ਗੱਲ ਨਹੀਂ ਹੋ ਪਾ ਰਹੀ, ਮਤਲਬ ਮੈਂ ਹੁਣੇ ਹੀ ਪਹੁੰਚਿਆ, ਸਾਨੂੰ ਥੋੜਾ ਜਿਹਾ ਪਹਿਲਾਂ ਮਾਨ ਸਾਹਿਬ ਦਾ ਫੋਨ ਆ ਗਿਆ ਸੀਗਾ ਇਸ ਤੇ ਐਲਾਨ ਕਰਨ ਜਾ ਰਹੇ ਨੇ, ਤੇ ਚਲੋ ਮਤਲਬ ਫੈਸਲਾ ਆਇਆ ਜਿਹੜਾ ਬਹੁਤ ਅੱਛਾ ਆਇਆ। ਤੇ अच्छा, ये कोई मुआवजे की मांग होगी तुहाडे वल्लों, क्योंकि देखा जाए तो दो जाना भी गई ने किडनी फेल हो। ਫਿਰ ਕਮੇਟੀ ਦਾ ਜਿਹੜਾ ਫੈਸਲਾ ਹੋਊਗਾ ਅਗਲਾ ਸੀਗਾ, ਕਿਉਂਕਿ ਅੱਜ ਸ਼ਾਮ ਨੂੰ ਅਸੀਂ 15 ਤੱਕ ਅਲਟੀਮੇਟਮ ਦਿੱਤਾ ਸੀਗਾ ਉਹਦੇ ਬਾਰੇ ਜਿਹੜੀਆਂ ਅਗਲੀਆਂ ਗੱਲਾਂ, ਉਹ ਤਾਂ ਹਜੇ ਫਿਲਹਾਲ ਖੁਸ਼ੀ ਦਾ ਮਾਹੌਲ ਆ, ਉਹਦੇ ਬਾਰੇ ਵੀ ਗੱਲ ਜ਼ਰੂਰ ਕੀਤੀ ਜਾਊਗੀ ਆਉਣ ਵਾਲੇ ਟਾਈਮ ਦੇ ਵਿੱਚ। ਅੱਛਾ, ਮੋਰਚਾ ਫਿਰ ਤੁਹਾਡਾ ਫਤਿਹ ਹੋ ਗਿਆ ਹੈ? ਬਿਲਕੁਲ ਜੀ, ਮੋਰਚਾ ਫਤਿਹ ਆ। ਜਿਹੜਾ ਫੈਕਟਰੀ ਬੰਦ ਦਾ ਸੀਗਾ ਸਾਡਾ ਪੁਰਾਣਾ ਮਸਲਾ, ਤੇ ਉਹ ਮਤਲਬ ਸਾਡਾ ਪੂਰਾ ਹੋ ਗਿਆ, ਤੇ ਜਿਹੜੀਆਂ ਹੋਰ ਜਿਹੜੀਆਂ ਮੰਗਾਂ ਉਹ ਵੀ ਜ਼ਰੂਰ ਵਿਚਾਰ ਲਈਆਂ। ਅੱਛਾ, ਜਦੋਂ ਖੇਤੀ ਕਾਨੂੰਨਾਂ ਦਾ ਅੰਦੋਲਨ ਚੱਲਿਆ ਸੀ ਤਾਂ ਜਦੋਂ ਪੀਐਮ ਨੇ ਐਲਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਫਿਰ ਹਲੇ ਤੱਕ ਕਿਸਾਨ ਜਥੇਬੰਦੀਆਂ ਲਗਾਤਾਰ ਕੋਈ ਮਹੀਨਾ ਛੱਡ ਕੇ ਜਾਂ 15 ਦਿਨ ਛੱਡ ਕੇ ਧਰਨੇ ਪ੍ਰਦਰਸ਼ਨ ਕਰਦੀਆਂ ਕਿ ਸਾਡੀ ਜਿਹੜੀਆਂ ਮੰਗਾਂ ਮੰਨੀਆਂ, ਜੋ ਆਪਾਂ ਮੰਗਾਂ ਰੱਖੀਆਂ ਸੀ, ਸ਼ਰਤਾਂ ਰੱਖੀਆਂ ਸੀ ਅੰਦੋਲਨ ਖਤਮ ਕਰਨ ਦੀਆਂ, ਉਹ ਨਹੀਂ ਮੰਨੀਆਂ ਹਲੇ ਤੱਕ। ਤਾਂ ਕੀ ਤੁਹਾਡਾ ਵੀ ਕੋਈ ਅਜਿਹਾ ਹੋਵੇਗਾ ਸਰਕਾਰ ਦੇ ਨਾਲ ਪ੍ਰਪੋਜ਼ਲ, ਜਾਂ ਫਿਰ ਕੋਈ ਤੁਸੀਂ ਅਜਿਹਾ ਕੋਈ ਸਾਈਨ ਕਰੋਗੇ ਕਿ ਸਾਡੀਆਂ ਪਹਿਲਾਂ ਇਹ ਮੰਗਾਂ ਹੋਣ ਫਿਰ ਹੀ ਅਸੀਂ ਧਰਨਾ ਖਤਮ ਕਰਾਂਗੇ? ਸਰ ਜਦੋਂ ਫੈਕਟਰੀ ਜਿੱਥੇ ਮੋਰਚਾ ਲਾਇਆ ਸੀ ਤੇ ਇੱਕੋ ਮੰਗ ਫੈਕਟਰੀ ਬੰਦ, ਇਹੀ ਸਾਡਾ ਨਾਰਾ ਸੀਗਾ, ਤੇ ਫੈਕਟਰੀ ਜਿਹੜੀ ਬੰਦ ਹੋ ਗਈ ਆ। ਉਸ ਤੋਂ ਬਾਅਦ ਜਿਹੜੇ ਇਸ਼ੂ ਅੱਗੇ ਦੀ ਅੱਗੇ ਨਾਲ ਜੁੜੇ ਸੀਗੇ ਉਹਨਾਂ ਦੇ ਵਿੱਚ, ਚਾਹੇ ਇਹ ਸੰਬੰਧਿਤ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ, ਚਾਹੇ ਮੰਨ ਲਓ ਇਹਦਾ ਮਾਲਕ ਹੈਗਾ, ਉਹ ਜਿਹੜੀਆਂ ਵੀ ਚੀਜ਼ਾਂ ਦੇ ਵਿੱਚ ਉਹ ਗਲਤ ਪਾਇਆ ਜਾਂਦਾ, ਉਹਦੀਆਂ ਸਜ਼ਾਵਾਂ ਦੀ ਜਿਹੜੀ ਗੱਲ, ਉਹ ਚਲੋ ਮਤਲਬ ਮੈਂ ਤੁਹਾਡੇ ਨਾਲ ਹੁਣ ਨਹੀਂ ਕਰ ਸਕਦਾ ਹੈਗਾ, ਇਹ ਤੁਹਾਡੀ ਕਮੇਟੀ ਜਦੋਂ ਬੈਠ ਕੇ ਅਗਲਾ ਜਿਹੜਾ ਫੈਸਲਾ ਹੋਊਗਾ ਉਹ ਕੀਤਾ ਜਾਊਗਾ। ਪਰ ਮੇਨ ਜਿਹੜੀ ਅੱਜ ਫੈਕਟਰੀ ਬੰਦ ਦਾ ਜਿਹੜਾ ਸੀਗਾ ਉਹ ਐਲਾਨ ਸੀਐਮ ਸਾਹਿਬ ਨੇ ਕਰਤਾ, ਤੇ ਉਹਦਾ ਅਸੀਂ ਸਵਾਗਤ ਕਰਦੇ ਹਾਂ, ਤੇ ਅਗਲੀਆਂ ਜਿਹੜੀਆਂ ਗੱਲਾਂ ਉਹ ਵਿਚਾਰੀਆਂ ਜਾਣਗੀਆਂ, ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਫਿਰ ਨਹੀਂ ਕੀਤੀਆਂ ਜਾ ਸਕਦੀਆਂ। ਬਿਲਕੁਲ ਬਿਲਕੁਲ, ਉਹ ਜਿਹੜੀਆਂ ਜਾਣਾਂ ਗਈਆਂ ਨੇ ਉਹਨਾਂ ਨਾਲ ਸੰਬੰਧਿਤ ਵੀ ਜਿਹੜੀਆਂ ਅਗਲੀਆਂ ਜਿਹੜੀਆਂ ਗੱਲਾਂ ਹੋਣਗੀਆਂ ਉਹ ਅਸੀਂ ਔਰ ਰਣਨੀਤੀ ਅਗਲੀ ਉਲੀਕੀ ਜਾਏਗੀ। ਤਾਂ ਬਿਲਕੁਲ ਧੰਨਵਾਦ ਸੰਦੀਪ ਸਮਾਂ ਦੇਣ ਦੇ ਲਈ। ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਕਿਉਂਕਿ ਸ਼ਰਾਬ ਫੈਕਟਰੀ ਦਾ ਮੁੱਦਾ ਜਿਹੜਾ ਹੈ ਵਿਰੋਧੀ ਧਿਰ ਲਗਾਤਾਰ ਚੱਕ ਰਹੀਆਂ ਸੀ, ਅਕਾਲੀ ਦਲ ਹੋਵੇ ਕਾਂਗਰਸ ਹੋਵੇ, ਲਗਾਤਾਰ ਇਸ ਮੁੱਦੇ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵੀ ਸਰਕਾਰ ਨੂੰ ਜਿਹੜਾ ਆ ਜਿਹੜਾ ਇਸ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿਉਂਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਉੱਥੇ ਜਾ ਕੇ ਆਉਂਦੇ ਨੇ ਔਰ ਸ਼ਰਾਬ ਫੈਕਟਰੀ ਦੇ ਨਾਲ ਹੋਣ ਵਾਲੇ ਪ੍ਰਭਾਵਾਂ ਨੂੰ ਜਿਹੜਾ ਹੈ ਉਹ ਧਿਆਨ ਦੇ ਵਿੱਚ ਰੱਖਦੇ ਨੇ। ਤਾਂ ਹੁਣ ਸਰਕਾਰ ਨੇ ਸ਼ਾਇਦ ਕਿਤੇ ਨਾ ਕਿਤੇ ਇਹ ਜ਼ਰੂਰ ਸਮਝ ਲਿਆ ਹੈ ਕਿ ਸ਼ਰਾਬ ਫੈਕਟਰੀ ਦੇ ਕਾਰਨ ਹੀ ਪਾਣੀ ਦੇ ਧਰਤੀ ਹੇਠਲਾ ਜਿਹੜਾ ਪਾਣੀ ਹੈ ਉੱਥੋਂ ਦੇ ਜ਼ੀਰੇ ਦੇ ਹਲਕੇ ਦਾ ਤਕਰੀਬਨ 30-40 ਪਿੰਡਾਂ ਦਾ ਉਹ ਖਰਾਬ ਹੋ ਰਿਹਾ ਸੀ, ਸ਼ਰਾਬ ਫੈਕਟਰੀ ਦੇ ਕਾਰਨ ਹੀ ਹੋ ਰਿਹਾ ਸੀ। ਸ਼ਾਇਦ ਸਰਕਾਰ ਨੂੰ ਪਤਾ ਲੱਗ
चुकिया। हालांकि इस दे उपर चार कमेटियां भी बनिया हुई ने जो वक वक तरीके दे नाल पानी दे एंगल की जांच करनी है जां फिर होर जमीनी तरातल दे उपर की बीमारियां उसकी जांच करनी है। अलग अलग तरह दी कमेटियां बनिया हुई ने और मामला हाई कोर्ट दे विच भी पहुंचा होया और फरवरी महीने इस दे उपर सुनवाई होनी है। पर इस तो पहला ही सरकार ने वड्डा फैसला ले लिया कि शायद सरकार तक गल जरूर पहुंची है कि पानी दे खराब होने का कारण शराब फैक्ट्री ही है, इस करके इस नूं बंद कर दिता गया, वड्डा फैसला लिया गया मुख्यमंत्री भगवंत मान वालों। तो की कुछ ऐलान किया है इस फैक्ट्री बंद नूं लैके, एक बार असीं सुणदे हां सीएम दी जबानी। पंजाब दा पानी, पंजाब दी हवा ते पंजाब दी धरती दी शुद्धता लई ते लोक हितां नूं ध्यान च रखते हुए ते कानूनी माहरां नाल सलाह मशवरा करन तों बाद सरकार हुण इस पोजिशन च हैगी कि अज मैं ऐलान करदा कि मालब्रो कंपनी जिहड़ी जीरा दे विच है शराब फैक्टरी उहनूं तुरंत प्रभाव ते बंद करन दे निर्देश जारी कर दित्ते गए ने। भविख दे विच भी जे कोई कानून नूं हत्थ चलूगा भावें जिड्डा मर्जी बंदा है, भावें उह पोल्यूशन नाल संबंधित कानून होण, माइनिंग नाल संबंधित होण, ट्रांसपोर्ट विभाग नाल होण, जिहड़ा भी कानून होवे गवर्नमेंट वल्लों बनाया, जे उहनूं कोई हत्थ चलूगा जां पंजाब दे वातावरण नूं जाण बुझ के जां अपने किसी स्वार्थ लई जां आर्थिक फायदे लई नुकसान पहुँचाऊगा, भावें जिन्ना मर्जी वड्डा बंदा होवे उहनूं बख्शिया नहीं जाऊगा। मैं एक बार फिर ये दसना चाहना कि वातावरण की शुद्धता लोक हितों को ध्यान रखते हुए तो कानूनी माहरां की राय तो बाद फैसला होया कि मालब्रो कंपनी जीरा विखे जिहड़ी है शराब की फैक्टरी उन्हों तुरंत प्रभाव से बंद करन दे हुक्म जारी कर दिते गए।